ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਗੁਰਮਤਿ ਸਟੂਡੀਓ ਚੈਨਲ ਉੱਪਰ ਹਰ ਰੋਜ਼ ਅਸੀਂ ਸ੍ਰੀ ਹਜ਼ੂਰ ਸ੍ਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਵਿੱਚੋਂ ਇੱਕ ਝਲਕੀ ਆਪ ਜੀ ਦੇ ਸਨਮੁੱਖ ਰੱਖਦੇ ਹਾਂ ਜੀ। ਆਪ ਜੀ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਅਤੇ ਆਪਣਾ ਜੀਵਨ ਸਫਲਾ ਕਰੋ ਜੀ। ਵਿੱਦਿਆ ਗੁਰੂ ਧਾਰਨ ਕਰਨਾ, ਇੱਥੋਂ ਤਾਂ ਹੁਕਮ ਅਨੁਸਾਰ ਹਜ਼ੂਰ ਪੜ੍ਹਾਈ ਲਈ ਤੁਰ ਪੈਂਦੇ ਹਨ। ਉੱਧਰ ਲਹਿਰੇ ਖਾਨ ਨੇ ਬਾਬਾ ਵਧਾਵਾ ਸਿੰਘ ਜੀ ਜਿਹੜੇ ਕਿ ਬਾਲ ਦਿੱਤੀ ਸਨ, ਬੱਚਿਆਂ ਨੂੰ ਸੰਥਿਆ ਦੇ ਰਹੇ ਸਨ। ਉਹਨਾਂ ਪਾਸ ਇੱਕ ਜੋਤਸ਼ੀ ਆਇਆ ਅਤੇ ਬਾਬਾ ਜੀ ਸੇਵਾ ਵਿੱਚ ਬੈਠ ਗਿਆ। ਕੁਝ ਹੋਰ ਬਚਨ ਬਲਾਸ ਕਰਨ ਪਿੱਛੋਂ ਬਾਬਾ ਜੀ ਦਾ ਸੱਜਾ ਹੱਥ ਵੇਖ ਕੇ ਕਹਿਣ ਲੱਗਾ, ਮਹਾਰਾਜ ਜੀਓ, ਆਪ ਜੀ ਨੂੰ ਇਹ ਪ੍ਰਸੰਨਤਾ ਹੋਵੇਗੀ ਕਿ ਆਪ ਜੀ ਦੇ ਪਾਸ ਇੱਕ ਐਸਾ ਸੇਵਕ ਪੜ੍ਹਾਈ ਲਈ ਆ ਰਿਹਾ ਹੈ ਜਿਸ ਦੇ ਮਸਤਕ ਉੱਤੇ ਜਲਾਲ ਹੈ ਅਤੇ ਰੱਬ ਨੂੰ ਪਹੁੰਚਿਆ ਹੋਇਆ ਹੈ, ਅਤੇ ਉਸਨੇ ਤੁਹਾਡਾ ਸੇਵਕ ਬਣ ਕੇ ਆਪ ਜੀ ਦੇ ਤਪ ਨੂੰ ਵੀ ਜਗਤ ਵਿੱਚ ਰੋਸ਼ਨ ਕਰਨਾ ਹੈ। ਉਸ ਦਾ ਪ੍ਰਤਾਪ ਚਾਰ ਕੁੰਟਾਂ ਵਿੱਚ ਚਮਕੇਗਾ। ਜੋਤਸ਼ੀ ਦਾ ਇਹ ਗੱਲ ਕਹਿ ਕੇ ਚਲਾ ਗਿਆ, ਪਰ ਲਹਿਰੇ ਵਾਲੇ ਬਾਬਾ ਜੀ ਲੱਗੇ ਐਸੇ ਮਹਾਂਪੁਰਖ ਦੀ ਉਡੀਕ ਕਰਨ। ਕੁਝ ਦਿਨਾਂ ਮਗਰੋਂ ਹਜ਼ੂਰ ਪੜ੍ਹਾਈ ਲਈ ਹੁਕਮ ਅਨੁਸਾਰ ਬਾਬਾ ਵਧਾਵਾ ਸਿੰਘ ਜੀ ਦੇ ਡੇਰੇ ਪਹੁੰਚੇ। ਪੁੱਜਦੇ ਸਾਰ ਹੀ ਬੜੇ ਸਤਿਕਾਰ ਅਤੇ ਆਦਰ ਸਹਿਤ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ, ਇਸ ਕੁੱਕਰ ਨੂੰ ਵੀ ਪੜ੍ਹਾਓ। ਬੇਨਤੀ ਦੇ ਸ਼ਬਦ ਨੇ ਬਾਬਾ ਜੀ ਦੇ ਪਵਿੱਤਰ ਮਨ 'ਤੇ ਜਾਦੂ ਵਰਗਾ ਅਸਰ ਕੀਤਾ ਅਤੇ ਆਪ ਜੀ ਦਾ ਮਨ ਖਿੱਚਿਆ ਗਿਆ। ਹਜ਼ੂਰ ਦਾ ਬਾਬਾ ਵਧਾਵਾ ਸਿੰਘ ਜੀ ਨੇ ਬਹੁਤ ਆਦਰ ਸਤਿਕਾਰ ਕੀਤਾ ਅਤੇ ਕਹਿਣ ਲੱਗੇ, ਆਓ ਜੀ ਜੀ ਆਇਆਂ ਨੂੰ, ਅਤੇ ਬੈਠਣ ਲਈ ਦਰੀ ਦਿੱਤੀ। ਹਜ਼ੂਰ ਨੇ ਫਿਰ ਆਪਣੀ ਬੇਨਤੀ ਦੁਹਰਾਈ, ਸੇਵਕ ਤਾਂ ਆਪ ਜੀ ਦੀ ਪਵਿੱਤਰ ਸੇਵਾ ਵਿੱਚ ਪੜ੍ਹਾਈ ਲਈ ਆਇਆ ਹੈ। ਇਹ ਕਹਿ ਕੇ ਭੁੰਜੇ ਬੈਠ ਗਏ। ਸੰਤਾਂ ਨੇ ਸਤਿਗੁਰੂ ਅੱਗੇ ਅਰਦਾਸ ਕੀਤੀ ਅਤੇ ਫਿਰ ਹਜ਼ੂਰ ਨੂੰ ਲੱਗੇ ਪੜ੍ਹਾਉਣ। ਹਜ਼ੂਰ ਦਾ ਹੱਥ ਫੜ ਕੇ ਊੜਾ ਅੱਖਰ ਲਿਖ ਕੇ ਫਰਮਾਇਆ, ਕਹੋ ਊੜਾ। ਹਜ਼ੂਰ ਨੇ ਵੀ ਫਰਮਾਇਆ ਊੜਾ। ਇਵੇਂ ਹੀ ਪੜ੍ਹਾਉਂਦੇ ਪੜ੍ਹਾਉਂਦੇ ਜਦੋਂ ਹਾਹਾ ਅੱਖਰ ਆਇਆ ਤਾਂ ਸੰਤਾਂ ਨੇ ਫਰਮਾਇਆ, ਕਹੋ ਹਾਹਾ। ਹਜ਼ੂਰ ਨੇ ਹਾਹਾ, ਸੰਤਾਂ ਨੇ ਫਰਮਾਇਆ, ਕੱਟਿਆ ਜਮਾਂ ਦਾ ਫਾਹਾ। ਮਗਰੇ ਹਜ਼ੂਰ ਨੇ ਇਵੇਂ ਕਿਹਾ, ਕੱਟਿਆ ਜਮਾਂ ਦਾ ਫਾਹਾ। 35 ਦੇ ਇਹ ਪੰਜ ਅੱਖਰ ਊੜੇ ਤੋਂ ਹਾਹਾ ਤੱਕ ਹਜ਼ੂਰ ਨੇ ਬਾਬਾ ਵਧਾਵਾ ਸਿੰਘ ਜੀ ਪਾਸੋਂ ਪੜ੍ਹੇ ਅਤੇ ਜੰਗਲ ਵਿੱਚ ਬਾਹਰ ਤਪੱਸਿਆ ਕਰਨ ਚਲੇ ਗਏ। ਬਾਬਾ ਜੀ ਨੇ ਚੜ੍ਹਦੇ ਤਰਫ ਕਰੀਰਾਂ ਦੇ ਵਿੱਚ ਆਸਣ ਲਾ ਲਿਆ। ਕੁਝ ਸਮਾਂ ਇੱਥੇ ਤਪੱਸਿਆ ਕਰਦੇ ਰਹੇ। ਅੰਨ ਜਲ ਬਹੁਤ ਘੱਟ ਵਰਤਦੇ ਹਨ। ਗੁਰਬਾਣੀ ਫਰਮਾਉਂਦੀ ਹੈ, ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ, ਭਾਵ ਦੁਨਿਆਵੀ ਝਮੇਲੇ ਛੱਡ ਕੇ ਪ੍ਰਸ਼ਾਦਾ ਵੀ ਘੱਟ ਕਰ ਦਿੱਤਾ। ਆਥਨ ਨੂੰ ਡੇਰ ਵਿੱਚ ਪਹੁੰਚ ਕੇ ਨਾਨਕ ਪ੍ਰਕਾਸ਼ ਦੀ ਕਥਾ ਸਰਵਣ ਕਰਦੇ ਹਨ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਿਤਾ। ਜਿਸ ਦੀ ਕਥਾ ਸੁਣੀਏ ਉਸਨੂੰ ਮਿਲਣ ਨੂੰ ਚਿੱਤ ਕਰਦਾ ਹੈ। ਜਦੋਂ ਬਾਬਾ ਜੀ ਨੇ ਡੇਰੇ ਵਿੱਚ ਜਾਣਾ, ਜਿਤਨੇ ਵੀ ਡੇਰੇ ਵਿੱਚ ਸੇਵਾ ਕਰਦੇ ਸਨ ਸਭ ਨੇ ਖਾਮੋਸ਼ ਹੋ ਜਾਣਾ, ਭਾਵ ਗੱਲ ਵੀ ਇਸ਼ਾਰੇ ਨਾਲ ਕਰਨੀ। ਕਈ ਵਾਰ ਬਾਬਾ ਜੀ ਦੇ ਕੰਨਾਂ ਵਿੱਚ ਗੱਲਾਂ ਦੀ ਆਵਾਜ਼ ਆ ਜਾਂਦੀ ਸੀ ਤਾਂ ਬਾਬਾ ਜੀ ਨੇ ਉਦੋਂ ਹੀ ਡੇਰਿਓ ਵਾਪਸ ਮੁੜ ਜਾਣਾ। ਬਾਬਾ ਜੀ ਦੀ ਅਵਸਥਾ ਇਹ ਹੋ ਗਈ ਸੀ, ਅੰਤਰ ਗੁਰ ਅਰਾਧਣਾ ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਣ ਵੇਖਣਾ, ਸਰਵਣੇ ਸੁਣਨਾ ਗੁਰਨਾਉ, ਭਾਵ ਹਿਰਦੇ ਨਾਲ ਗੁਰੂ ਦੀ ਅਰਾਧਨਾ, ਰਸਨਾ ਨਾਲ ਸਿਮਰਨ ਕਰਨਾ, ਨੇਤਰਾਂ ਨਾਲ ਗੁਰੂ ਜੀ ਦੇ ਦਰਸ਼ਨ ਕਰਨੇ, ਕੰਨਾਂ ਨਾਲ ਗੁਰੂ ਦੀ ਬਾਣੀ ਅਤੇ ਕਥਾ ਸਰਵਣ ਕਰਨੀ। ਸੋ ਇਸ ਕਾਰਨ ਲਹਿਰੇ ਵਾਲੇ ਸੰਤਾਂ ਨੇ ਰਹਿਣ ਵਾਲੇ ਸੇਵਕਾਂ ਨੂੰ ਹਿਦਾਇਤ ਕੀਤੀ ਹੋਈ ਸੀ। ਇੱਕ ਦਿਨ ਬਾਬਾ ਵਧਾਵਾ ਸਿੰਘ ਜੀ ਨੇ ਕਿਹਾ ਕਿ ਰਿਖੀ ਜੀ, ਸੁਣਿਆ ਹੈ ਜਿੱਥੇ ਤੁਸੀਂ ਕਰੀਰਾਂ ਵਿੱਚ ਰਹਿੰਦੇ ਹੋ ਉੱਥੇ ਇੱਕ ਭਿਆਨਕ ਸੱਪ ਰਹਿੰਦਾ ਹੈ, ਕਿਤੇ ਨੁਕਸਾਨ ਨਾ ਪਹੁੰਚਾਏ। ਜੇ ਕਹੋ ਤਾਂ ਆਦਮੀ ਭੇਜ ਕੇ ਸੱਪ ਮਰਵਾ ਦੇਈਏ। ਇਹ ਸੁਣ ਕੇ ਹਜ਼ੂਰ ਮੁਸਕਰਾਏ ਅਤੇ ਕਿਹਾ, ਗਰੀਬ ਨਿਵਾਜ, ਉਹ ਸੱਪ ਤੁਹਾਡਾ ਹੀ ਰਾਖੀ ਕਰਨ ਵਾਸਤੇ ਪਹਿਰੇਦਾਰ ਭੇਜਿਆ ਹੋਇਆ ਹੈ, ਉਸਨੂੰ ਮਾਰਨਾ ਕਿਉਂ ਹੈ? ਇਹ ਉੱਤਰ ਸੁਣ ਕੇ ਬਾਬਾ ਵਧਾਵਾ ਸਿੰਘ ਜੀ ਚੁੱਪ ਕਰ ਗਏ ਅਤੇ ਮਨ ਵਿੱਚ ਵਿਚਾਰ ਕੀਤੀ ਕਿ ਰਿਖੀ ਜੀ ਦੀ ਅਵਸਥਾ ਇਹ ਹੋ ਗਈ ਹੈ, ਜਹਿ ਜਹਿ ਭੇਖੋ ਤੈ ਹਜ਼ੂਰ ਦੂਰ ਕਥੋ ਨਾ ਜਾਏ, ਭਾਵ ਨਿਰੰਕਾਰ ਗੁਰੂ ਦੇ ਵਿੱਚੋਂ ਹੀ ਦੇਖਣਾ, ਸਭ ਕੰਮ ਨਿਰੰਕਾਰ ਭਗਤਾਂ ਦੇ ਆਪ ਕਰਦਾ ਹੈ। ਜੇ ਨਿਰੰਕਾਰ ਦੇ ਸਾਹਮਣੇ ਬੈਠ ਕੇ ਉਪਮਾ ਕਰਨੀ ਹੋਵੇ ਤਾਂ ਗੁਰੂ ਦੀ ਕਰੇ। ਇਉਂ ਕੁਝ ਸਮਾਂ ਬੀਤਿਆ, ਪਰ ਹਜ਼ੂਰ ਬਾਬਾ ਜੀ ਦੇ ਰੋਜ਼ ਆ ਕੇ ਦਰਸ਼ਨ ਜ਼ਰੂਰ ਕਰਦੇ ਹਨ। ਸਿਮਰਨ, ਤਪੱਸਿਆ ਅਤੇ ਨਿਤਨੇਮ ਅਭਿਆਸ ਦੇ ਕਾਰਨ ਇੱਕ ਦਿਨ ਹਜ਼ੂਰ ਐਸੇ ਸਮਾਧੀ ਸਥਿਤ ਹੋਏ ਕਿ 3 ਦਿਨ ਹੀ ਬੀਤ ਗਏ। ਕਿਸੇ ਰੋਜ਼ ਨੇ ਦੇ ਵੇਖਣ ਵਾਲੇ ਸੱਜਣ ਨੇ ਬਾਬਾ ਵਧਾਵਾ ਸਿੰਘ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਆਪ ਜੀ ਦੇ ਸੇਵਕ ਤਾਂ 3 ਦਿਨਾਂ ਤੋਂ ਸਮਾਧੀ ਵਿੱਚ ਸਥਿਤ ਹੋਏ ਹਨ, ਸਰੀਰ ਦੀ ਕੋਈ ਸੁੱਧ ਹੀ ਨਹੀਂ ਹੈ। ਬਾਬਾ ਵਧਾਵਾ ਸਿੰਘ ਜੀ ਨੇ ਸੁਣਦੇ ਸਾਰ ਹੀ ਹਜ਼ੂਰ ਦੀ ਸੁਰਤ ਲੈਣ ਦੀ ਤਿਆਰੀ ਕਰ ਲਈ ਅਤੇ ਜਾ ਕੇ ਤੱਕਿਆ ਕਿ ਵਾਕਈ ਬੇਸੁੱਧ ਪਏ ਹਨ।
ਤਾਂ ਬਾਬਾ ਜੀ ਨੇ ਹਜ਼ੂਰ ਨੂੰ ਮੰਜੇ 'ਤੇ ਪਾ ਲਿਆ ਅਤੇ ਪੱਕੀ ਪੁੱਛੋ ਜਿਹੜੀ ਕਿ ਉੱਥੋਂ 6 ਕੁ ਮੀਲਾਂ 'ਤੇ ਸੀ ਸੇਵਕਾਂ ਪਾਸੋਂ ਚੁਕਾ ਕੇ ਲਿਆਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।